प्रिटी गुड, हाँ काफ़ी अच्छा होंगे, नोट सो केयरफुल, पर उन्होंने एज आई शैल बी वन इट्स माई टर्न, उन्होंने जिन्ना जो तो मेरी वारी होंगी है मैं उन्होंने ध्यान रखती हाँ, those that have been blind already are the best. ਉਹ ਜਿਹੜੇ ਪਹਿਲਾਂ ਤੋਂ ਹੀ blind ਬਣ ਚੁੱਕੇ ਹੁੰਦੇ ਹਨ ਉਹ ਬਹੁਤ ਵਧੀਆ ਧਿਆਨ ਰੱਖਦੇ ਹਨ. ਇਟਸ ਪਰਫੈਕਟਲੀ ਗਾਸਟਲੀ ਨੋਟ ਟੂ ਸੀ. ਗਾਸਟਲੀ ਹੁੰਦਾ ਹੋਰੀਬਲ, ਅਨਪਲੈਜ਼ੈਂਟ ਹੋਵੇ. ਕਹਿੰਦੇ ਇਹ ਤਾਂ ਪੂਰੀ ਤਰ੍ਹਾਂ ਡਰਾਵਣਾ ਹੈ, ਨਾ ਦੇਖ ਪਾਉਣਾ. ਆਈ ਵਿਸ਼ ਯੂ ਵੁੱਡ ਟਰਾਈ. ਮੈਂ ਇੱਛਾ ਕਰਦੀ ਹਾਂ ਕਿ ਤੁਹਾਨੂੰ ਟਰਾਈ ਕਰਨਾ ਚਾਹੀਦਾ ਹੈ. ਸ਼ੈਲ ਆਈ ਲੀਡ ਯੂ ਐਨੀਵੇਅਰ? ਆਈ ਆਸਕਡ, ਮੈਂ ਉਸਨੂੰ ਪੁੱਛਿਆ ਕਿ ਮੈਂ ਤੈਨੂੰ ਕਿਤੇ ਲੈ ਜਾਵਾਂ. ਓ ਯੈਸ ਸ਼ੀ ਸੈਡ, ਓ ਹਾਂ ਉਸਨੇ ਕਿਹਾ, ਲੈਟਸ ਗੋ ਫੋਰ ਅ ਲਿਟਲ ਵਾਕ, ਆਓ ਥੋੜ੍ਹੀ ਦੇਰ ਸੈਰ ਕਰੀਏ. ਓਨਲੀ ਯੂ ਮਸਟ ਟੈਲ ਮੀ ਅਬਾਊਟ ਥਿੰਗਸ, ਬਸ ਹਾਂ ਮੈਨੂੰ ਤੁਸੀਂ ਦੱਸਦੇ ਰਹਿਣਾ ਆਸੇ ਪਾਸੇ ਦੀਆਂ ਚੀਜ਼ਾਂ ਬਾਰੇ. ਆਈ ਸ਼ੈਲ ਬੀ ਸੋ ਗਲੈਡ ਵੈਨ ਟੂਡੇ ਇਜ਼ ਓਵਰ, ਮੈਂ ਬਹੁਤ ਖੁਸ਼ ਹੋ ਜਾਵਾਂਗੀ ਜਦੋਂ ਇਹ ਸਾਰਾ ਕੁਛ ਅੱਜ ਦਾ ਖਤਮ ਹੋ ਜਾਏਗਾ. ਦ ਅਦਰ ਬੈਡ ਡੇਜ਼ ਕਾਂਟ ਬੀ ਹਾਫ ਐਸ ਬੈਡ ਐਸ ਦਿਸ, ਦੂਜੇ ਬੁਰੇ ਦਿਨ ਇਸ ਤੋਂ ਅੱਧੇ ਵੀ ਬੁਰੇ ਨਹੀਂ ਹੁੰਦੇ. ਹੈਵਿੰਗ ਅ ਲੈਗ ਟਾਈਡ ਅਪ ਐਂਡ ਹੋਪਿੰਗ ਅਬਾਊਟ ਅ ਕਰਚ ਇਜ਼ ਆਲਮੋਸਟ ਫਨ, ਆਪਣੀ ਲੱਤ ਬੰਨ ਕੇ ਇੱਧਰ ਉੱਧਰ ਜੰਪ ਮਾਰਨਾ ਇੱਕ ਵਿਸਾਖੀ ਦੇ ਨਾਲ, ਇਹ ਤਾਂ ਲਗਭਗ ਮੈਨੂੰ ਮਜ਼ੇ ਕਰਨ ਵਾਲੀ ਗੱਲ ਲੱਗਦੀ ਹੈ. ਆਈ ਗੈਸ ਹੈਵਿੰਗ ਐਨ ਆਮ ਟਾਈਡ ਇਜ਼ ਅ ਲਿਟਲ ਮੋਰ ਟ੍ਰਬਲਸਮ, ਮੈਂ ਉਮੀਦ ਕਰਦੀ ਹਾਂ ਕਿ ਬਾਂਹ ਵੀ ਬੰਨ ਲੈਣੀ ਇਹ ਵੀ ਕੁਝ ਨਾ ਕੁਝ ਮੁਸ਼ਕਲਾਂ ਭਰਿਆ ਹੁੰਦਾ ਹੋਏਗਾ. ਬਿਕੋਜ਼ ਯੂ ਹੈਵ ਟੂ ਗੈਟ ਯੂਅਰ ਫੂਡ ਕੱਟ ਅਪ ਫੋਰ ਯੂ, ਕਿਉਂਕਿ ਤੁਸੀਂ ਆਪਣੇ ਲਈ ਆਇਆ ਫੂਡ ਉਦੋਂ ਹੀ ਖਾ ਸਕਦੇ ਜਦੋਂ ਕੱਟਿਆ ਹੋਵੇ. ਐਂਡ ਸੋ ਉਹਨਾਂ 'ਤੇ ਅਜਿਹਾ ਬਹੁਤ ਕੁਛ, ਬਟ ਇਟ ਡਜ਼ਨਟ ਰੀਅਲੀ ਮੈਟਰ, ਪਰ ਇਹ ਇੰਨਾ ਜ਼ਿਆਦਾ ਮੈਟਰ ਨਹੀਂ ਕਰਦਾ. ਐਂਡ ਐਜ਼ ਫੋਰ ਬੀਇੰਗ ਡੈਫ ਫੋਰ ਅ ਡੇ, ਅਤੇ ਇੱਕ ਪੂਰਾ ਦਿਨ ਬਹਿਰੇ ਰਹਿਣਾ, ਆਈ ਸ਼ਾਂਟ ਮਾਇੰਡ ਦੈਟ, ਮੈਂ ਇਸ ਨੂੰ ਵੀ ਮਾਇੰਡ ਨਹੀਂ ਕਰਦੀ, ਐਟਲੀਸਟ ਨੋਟ ਮੱਚ, ਇਹ ਇੰਨਾ ਜ਼ਿਆਦਾ ਵੀ ਨਹੀਂ ਹੈ. ਬਟ ਬੀਇੰਗ ਬਲਾਈਂਡ ਇਜ਼ ਸੋ ਫਰਾਈਟਨਿੰਗ, ਪਰ ਬਲਾਈਂਡ ਰਹਿਣਾ ਸਾਰਾ ਦਿਨ ਇਹ ਬਹੁਤ ਡਰਾਵਣਾ ਹੈ. ਮਾਈ ਹੈਡ ਏਕਸ ਆਲ ਦ ਟਾਈਮ, ਮੇਰਾ ਸਿਰ ਪੀੜ ਹੁੰਦਾ ਰਹਿੰਦਾ ਸਾਰਾ ਟਾਈਮ ਜਸਟ ਫਰੋਮ ਡੋਜਿੰਗ. ਡੋਜਿੰਗ ਹੁੰਦਾ ਮੂਵਿੰਗ, ਇੱਧਰੋਂ ਉੱਧਰ ਜਾਣਾ, ਉੱਧਰੋਂ ਇੱਧਰ ਜਾਣਾ, ਅਤੇ ਇੱਕਦਮ ਇੱਧਰ ਉੱਧਰ ਹੋ ਜਾਣਾ, ਉਹਨੂੰ ਕਹਿੰਦੇ ਡੋਜ ਕਰਨਾ. ਜਸਟ ਫਰੋਮ ਡੋਜਿੰਗ ਥਿੰਗਸ ਦੈਟ ਪ੍ਰੋਬੇਬਲੀ ਆਰਨਟ ਦੇਅਰ, ਉਹਨਾਂ ਚੀਜ਼ਾਂ ਦੇ ਸਾਹਮਣੇ ਆਉਣ 'ਤੇ ਇੱਕਦਮ ਇੱਧਰ ਉੱਧਰ ਹੋਣਾ ਜਿਹੜੀਆਂ ਕਿ ਸ਼ਾਇਦ ਉੱਥੇ ਨਹੀਂ ਵੀ ਹਨ. ਵੇ ਆਰ ਵੀ ਨਾਓ, ਅਸੀਂ ਹੁਣ ਕਿੱਥੇ ਹਾਂ? ਇਨ ਦ ਪਲੇਗਰਾਊਂਡ, ਆਈ ਸੈਡ, ਮੈਂ ਕਿਹਾ ਪਲੇਗਰਾਊਂਡ 'ਚ ਹਾਂ. ਗੋਇੰਗ ਟੂਵਰਡਸ ਦ ਹਾਊਸ, ਹਾਊਸ ਵੱਲ ਜਾ ਰਹੇ ਹਾਂ. ਮਿਸ ਬੀਮ ਇਜ਼ ਵਾਕਿੰਗ ਅਪ ਐਂਡ ਡਾਊਨ ਦ ਟੈਰਿਸ ਵਿਦ ਅ ਟਾਲ ਗਰਲ. ਮਿਸ ਬੀਮ ਇੱਕ ਲੰਬੀ ਲੜਕੀ ਦੇ ਨਾਲ ਛੱਤ 'ਤੇ ਉੱਪਰ ਨੀਚੇ ਚੱਲ ਰਹੀ ਹੈ. ਵਟ ਹੈਜ਼ ਅ ਗਰਲ ਗੋਟ ਔਨ, ਮਾਈ ਕੰਪੈਨੀਅਨ ਆਸਕਡ, ਉਸ ਕੁੜੀ ਨੇ, ਕੰਪੈਨੀਅਨ ਹੁੰਦਾ ਸਾਥੀ, ਜੋ ਹੁਣ ਮੇਰੀ ਸਾਥੀ ਸੀ, ਉਸਨੇ ਮੇਰੇ ਕੋਲ ਪੁੱਛਿਆ, ਵਟ ਹੈਜ਼ ਅ ਗਰਲ ਗੋਟ ਔਨ, ਕਿ ਉਸ ਲੜਕੀ ਨੇ ਕੀ ਪਹਿਨਿਆ ਹੈ? ਅ ਬਲੂ ਸਕਰਟ ਐਂਡ ਪਿੰਕ ਬਲਾਊਜ਼, ਮੈਂ ਕਿਹਾ ਬਲੂ ਸਕਰਟ ਅਤੇ ਪਿੰਕ ਟੋਪ. ਆਈ ਥਿੰਕ ਇਟਸ ਮਿਲੀ, ਮੈਨੂੰ ਲੱਗਦਾ ਕਿ ਮਿਲੀ ਹੈ, ਸ਼ੀ ਸੈਡ. ਵਟ ਕਲਰ ਹੇਅਰ, ਉਸਦੇ ਵਾਲਾਂ ਦਾ ਰੰਗ ਕੀ ਹੈ? ਵੈਰੀ ਲਾਈਟ, ਆਈ ਸੈਡ, ਬਹੁਤ ਹਲਕਾ, ਮੈਂ ਕਿਹਾ. ਯੈਸ ਦੈਟਸ ਮਿਲੀ, ਹਾਂ ਉਹ ਮਿਲੀ ਹੈ. ਸ਼ੀ ਇਜ਼ ਦ ਹੈੱਡ ਗਰਲ, ਸ਼ੀ ਇਜ਼ ਆਫੁਲੀ ਡੀਸੈਂਟ, ਉਹ ਇੱਥੋਂ ਦੀ ਹੈੱਡ ਗਰਲ ਹੈ, ਉਹ ਬਹੁਤ ਡੀਸੈਂਟ ਹੈ. ਡੀਸੈਂਟ ਹੁੰਦਾ ਸਭਿਅ, ਯਾਨੀ ਜਿਹਨੂੰ ਬੋਲਣ ਚਾਲਣ ਦਾ ਸਲੀਕਾ ਹੋਵੇ, ਬਹੁਤ ਵਧੀਆ ਵਿਵਹਾਰ ਕਰਦੀ ਹੋਵੇ, ਉਹਨੂੰ ਕਹਿੰਦੇ ਬੜਾ ਡੀਸੈਂਟ ਬੰਦਾ ਹੈ. ਸੋ ਇਹ ਡੀਸੈਂਟ ਗਰਲ ਹੈ. ਓਕੇ, ਕੌਣ ਹੈ ਡੀਸੈਂਟ ਗਰਲ? ਮਿਲੀ. ਆਫੁਲੀ ਕੀ ਹੁੰਦਾ? ਬਹੁਤ ਜ਼ਿਆਦਾ. ਸ਼ੀ ਇਜ਼ ਆਫੁਲੀ ਡੀਸੈਂਟ, ਬਹੁਤ ਜ਼ਿਆਦਾ ਡੀਸੈਂਟ ਹੈ. ਦੇਅਰ ਇਜ਼ ਐਨ ਓਲਡ ਮੈਨ ਟਾਈਂਗ ਅਪ ਰੋਜ਼ਿਸ, ਆਈ ਸੈਡ, ਮੈਂ ਉੱਥੇ ਕਿਹਾ ਇੱਕ ਬਜ਼ੁਰਗ ਆਦਮੀ ਵੀ ਹੈ ਜੋ ਕਿ ਗੁਲਾਬ ਦੇ ਫੁੱਲਾਂ ਨੂੰ ਬੰਨ ਰਿਹਾ ਹੈ. ਯੈਸ ਦੈਟਸ ਪੀਟਰ, ਹਾਂ ਉਹ ਪੀਟਰ ਹੈ, ਹੀ ਇਜ਼ ਦਾ ਗਾਰਡਨਰ, ਉਹ ਮਾਲੀ ਹੈ. ਹੀ ਇਜ਼ ਹੰਡਰਡਸ ਆਫ ਈਅਰਸ ਓਲਡ, ਉਹ ਕਈ ਸੌ ਸਾਲਾਂ ਦਾ ਹੈ. ਐਂਡ ਹੇਅਰ ਕਮਸ ਅ ਡਾਰਕ ਗਰਲ ਇਨ ਰੈੱਡ ਔਨ ਕਰਚਿਸ, ਅਤੇ ਹੁਣ ਲਾਲ ਕੱਪੜਿਆਂ ਦੇ ਵਿੱਚ ਇੱਕ ਡਾਰਕ ਗਰਲ ਵੀ ਆਈ ਹੈ ਜਿਸਨੇ ਕਿ ਵਿਸਾਖੀਆਂ ਫੜੀਆਂ ਹੋਈਆਂ ਹਨ. ਯੈਸ ਸ਼ੀ ਸੈਡ ਦੈਟਸ ਬੈਰੀ, ਉਹ ਬੈਰੀ ਹੈ, ਉਸਨੇ ਕਿਹਾ. ਐਂਡ ਸੋ ਵੀ ਵਾਕਡ ਔਨ, ਅਤੇ ਇਸ ਤਰ੍ਹਾਂ ਅਸੀਂ ਤੁਰਦੇ ਰਹੇ. ਐਂਡ ਇਨ ਸਟੀਅਰਿੰਗ ਦਿਸ ਲਿਟਲ ਥਿੰਗ ਅਬਾਊਟ, ਸਟੀਅਰਿੰਗ ਹੁੰਦਾ ਰਾਹ ਦਿਖਾਉਣਾ, ਇੱਧਰ ਉੱਧਰ ਲੈ ਕੇ ਜਾਣਾ. ਲਿਟਲ ਥਿੰਗ ਦਾ ਮਤਲਬ ਉਸ ਲੜਕੀ ਬਾਰੇ ਉਹ ਕਹਿ ਰਿਹਾ. ਅਤੇ ਇਸ ਲੜਕੀ ਨੂੰ ਇੱਧਰ ਉੱਧਰ ਲਿਜਾਂਦੇ ਹੋਏ ਆਈ ਡਿਸਕਵਰਡ, ਮੈਂ ਪਾਇਆ, ਦੈਟ ਆਈ ਵਾਸ 10 ਟਾਈਮਸ ਮੋਰ ਥੋਟਫੁੱਲ ਆਲਰੈਡੀ ਦੈਨ ਆਈ ਹੈਡ ਐਨੀ ਨੋਸ਼ਨ ਆਫ. ਨੋਸ਼ਨ ਹੁੰਦਾ ਕਿਸੇ ਪ੍ਰਤੀ ਕੋਈ ਧਾਰਨਾ. ਆਈ ਵਾਸ 10 ਟਾਈਮਸ ਮੋਰ ਥੋਟਫੁੱਲ ਆਲਰੈਡੀ, ਮੈਂ ਅੱਗੇ ਨਾਲੋਂ 10 ਗੁਣਾ ਹੋਰ ਜ਼ਿਆਦਾ ਥੋਟਫੁੱਲ ਹੋ ਗਿਆ ਸੀ, ਸੋਚਣ ਸਮਝਣ ਲੱਗ ਗਿਆ ਸੀ. ਦੈਨ ਆਈ ਹੈਡ ਐਨੀ ਨੋਸ਼ਨ ਆਫ, ਜਦ ਤੱਕ ਕਿ ਮੈਨੂੰ ਇਸ ਬਾਰੇ ਕੋਈ ਧਾਰਨਾ ਨਹੀਂ ਸੀ. ਐਂਡ ਆਲਸੋ ਦੈਟ ਦਾ ਨੈਸੈਸਿਟੀ ਆਫ ਡਿਸਕ੍ਰਾਈਬਿੰਗ ਦ ਸਰਾਊਂਡਿੰਗ ਟੂ ਐਨਦਰ, ਅਤੇ ਇਸ ਚੀਜ਼ ਦੀ ਲੋੜ ਵੀ ਮਹਿਸੂਸ ਹੋਈ ਕਿ ਜਦੋਂ ਅਸੀਂ ਆਸ ਪਾਸ ਦੀਆਂ ਚੀਜ਼ਾਂ ਦਾ ਵਰਣਨ ਕਿਸੇ ਦੂਸਰੇ ਨੂੰ ਕਰਦੇ ਹਾਂ
ਤਾਂ ਉਹ ਚੀਜ਼ਾਂ ਹੋਰ ਜ਼ਿਆਦਾ ਇੰਟਰਸਟਿੰਗ ਪ੍ਰਤੀਤ ਹੋਣ ਲੱਗ ਜਾਂਦੀਆਂ ਹਨ। ਵੈਨ ਮਿਸ ਬੀਮ ਕੇਮ ਟੂ ਰਿਲੀਜ਼ ਮੀ, ਜਦੋਂ ਮਿਸ ਬੀਮ ਮੈਨੂੰ ਰਿਲੀਜ਼ ਕਰਨ ਆਏ, ਯਾਨੀ ਉਸ ਡਿਊਟੀ ਤੋਂ ਵਿਹਲੇ ਕਰਨ ਆਏ, ਆਈ ਵਾਜ਼ ਸੋਰੀ ਟੂ ਗੋ, ਤਾਂ ਮੈਨੂੰ ਖੇਦ ਹੋ ਰਿਹਾ ਸੀ ਕਿ ਮੈਂ ਜਾਣਾ ਹੈ। ਐਂਡ ਸੈਡ ਸੋ, ਅਤੇ ਅਜਿਹਾ ਕਿਹਾ। ਓ ਸ਼ੀ ਰਿਪਲਾਈਡ, ਉਸਨੇ ਜਵਾਬ ਦਿੱਤਾ, ਦੈਨ ਦੇਅਰ ਇਜ਼ ਸਮਥਿੰਗ ਇਨ ਮਾਈ ਸਿਸਟਮ ਆਫਟਰ ਆਲ, ਤਾਂ ਮੇਰੇ ਦਿਮਾਗ ਵਿੱਚ ਕੋਈ ਗੱਲ ਆਈ। ਆਈ ਵਾਕਡ ਬੈਕ ਟੂ ਦਾ ਟਾਊਨ ਮਰਮਰਿੰਗ, ਮਰਮਰਿੰਗ ਹੁੰਦਾ ਬੁੜਬੁੜਾਉਂਦੇ ਹੋਏ, ਮੈਂ ਵਾਪਸ ਆਪਣੇ ਨਗਰ ਬੁੜਬੁੜਾਉਂਦੇ ਹੋਏ ਗਿਆ। ਇਨ ਐਕੋਰੇਟਲੀ ਐਜ਼ ਐਵਰ ਦ ਲਾਈਨਸ, ਜਿਹੜੀਆਂ ਲਾਈਨਸ ਕਹਿੰਦਾ ਮੈਂ ਲਿਖ ਰਿਹਾ ਉਹ ਕਿਸੇ ਕਵੀ ਦੀਆਂ ਹੈਗੀਆਂ, ਪਰ ਇਨ ਐਕੋਰੇਟਲੀ ਹੈ, ਵੀ ਇਹ ਨਹੀਂ ਕਿ ਜੋ ਉੱਥੇ ਲਿਖੀਆਂ ਸੀ ਉਹੀ ਮੇਰੇ ਦਿਮਾਗ 'ਚ ਆਈਆਂ, ਬੇਤਰਤੀਬੀ ਢੰਗ ਨਾਲ ਵੀ ਇੰਨੀਆਂ ਐਕੋਰੇਟ ਹੁੰਦਾ ਸ਼ੁੱਧ, ਇਨ ਐਕੋਰੇਟਲੀ ਜਿਹੜੀਆਂ ਸ਼ੁੱਧ ਨਹੀਂ ਹਨ। ਕਹਿਣਾ ਸੀ ਇਹਨਾਂ ਦਾ ਵੋ ਹੁੰਦਾ ਸੋਰੋ, ਟਰਬਲ, ਮੁਸੀਬਤ। ਓਕੇ, ਕੀ ਮੈਂ ਕੋਈ ਹੋਰ ਮੁਸੀਬਤ ਦੇਖ ਸਕਦਾ ਹਾਂ? ਐਂਡ ਨੋਟ ਸ਼ੇਅਰ ਦੇਅਰ ਸੋਰੋ ਟੂ, ਅਤੇ ਕੀ ਮੈਂ ਉਹਨਾਂ ਦੀ ਮਦਦ ਨਹੀਂ ਕਰ ਸਕਦਾ? ਓ ਨੋ, ਨੈਵਰ ਕੈਨ ਇਟ ਬੀ, ਉਹ ਨਹੀਂ, ਇਹੋ ਜਿਹਾ ਕਦੀ ਨਹੀਂ ਹੋ ਸਕਦਾ। ਨੈਵਰ ਨੈਵਰ ਕੈਨ ਇਟ ਬੀ, ਕਦੀ ਕਦੀ ਨਹੀਂ ਹੋ ਸਕਦਾ। ਸੋ ਇਹ ਸੀ ਬਹੁਤ ਹੀ ਇੰਟਰਸਟਿੰਗ, ਬਹੁਤ ਹੀ ਵਧੀਆ ਇੱਕ ਬਿਰਤਾਂਤ, ਇੱਕ ਵਾਕਿਆ। ਤੋ ਮੈਨੂੰ ਤਾਂ ਬਹੁਤ ਮਜ਼ਾ ਆਇਆ, ਇਹ ਮੈਂ ਵੀ ਆਪਣੇ ਸਕੂਲ ਦੇ ਟਾਈਮ ਪੜ੍ਹੀ ਸੀ, ਤਾਂ ਬਹੁਤ ਅੱਛੀ ਮੈਨੂੰ ਹਜੇ ਤੱਕ ਯਾਦ ਸੀ, ਸਕੂਲ ਫੋਰ ਸਿੰਪਥੀ। ਮੈਨੂੰ ਬਹੁਤ ਅੱਛਾ ਲੱਗਿਆ ਕਿ ਅਜੇ ਤੱਕ ਵੀ ਕਿ ਇਹ ਸਾਰੇ ਸਟੂਡੈਂਟਸ ਨੂੰ ਕੁਛ ਨਾ ਕੁਛ ਸਿਖਾਉਣ ਲਈ ਸਾਡੇ ਕਰੀਕੁਲਮ ਵਿੱਚ ਮੌਜੂਦ ਹੈ, ਇਸ ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬਹੁਤ ਧੰਨਵਾਦ। ਸੋ ਇਸ ਸਟੋਰੀ ਤੋਂ ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੋਏਗਾ, ਇਸ ਦੇ ਕੁਐਸਚਨ ਆਨਸਰ, ਤਾਂ ਕਿ ਹੋਰ ਜ਼ਿਆਦਾ ਤੁਹਾਨੂੰ ਇਸ ਤੋਂ ਸਿੱਖਣ ਨੂੰ ਮਿਲ ਸਕੇ, ਇਹਦੇ ਨਾਲ ਮੈਂ ਅਟੈਚ ਕਰ ਦਿੱਤੇ ਹਨ। ਸੋ ਤੁਸੀਂ ਇਹ ਪੜ੍ਹ ਲੈਣੇ ਹਨ ਅਤੇ ਇਹਨਾਂ ਦੀ ਤਿਆਰੀ ਕਰ ਲੈਣੀ ਹੈ। ਮੈਨੂੰ ਲੱਗਦਾ ਹੈ ਕਿ ਹੁਣ ਇਹ ਕੁਐਸਚਨਸ ਦੇ ਆਨਸਰ ਯਾਦ ਕਰਨੇ ਤੁਹਾਨੂੰ ਜ਼ਿਆਦਾ ਸੌਖੇ ਲੱਗਣਗੇ। ਥੈਂਕ ਯੂ ਵੈਰੀ ਮੱਚ ਮੇਰੇ ਨਾਲ ਇਸ ਵੀਡੀਓ ਵਿੱਚ ਇੱਥੇ ਤੱਕ ਬਣੇ ਰਹਿਣ ਲਈ। ਉਮੀਦ ਕਰਦਾ ਹਾਂ ਕਿ ਵੀਡੀਓ ਤੁਹਾਨੂੰ ਪੜ੍ਹਾਈ ਕਰਨ 'ਚ, ਖਾਸ ਕਰਕੇ ਇੰਗਲਿਸ਼ ਦੀ ਪੜ੍ਹਾਈ ਕਰਨ 'ਚ ਬਹੁਤ 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 ਹੈਲਪਫੁਲ ਰਹੇਗੀ। ਸੋ ਮਿਲਦੇ ਹਾਂ ਇਸੇ ਤਰ੍ਹਾਂ ਦੇ ਇੰਟਰਸਟਿੰਗ ਲੈਸਨਸ ਦੇ ਨਾਲ ਅਗਲੀ ਵੀਡੀਓ 'ਚ। ਥੈਂਕ ਯੂ ਵੈਰੀ ਮੱਚ।